ਪੰਜਾਬ ਸਰਕਾਰ ਵੱਲੋਂ ਨਿਵੇਕਲੀ ਸ਼ੁਰੂਆਤ ਅੱਜ ਕੀਤੀ ਗਈ ਹੈ ਜਿਸ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰ ਜ਼ਿਲ੍ਹੇ ਦੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਕੋਵਿਡ ਦੇ ਚੱਲਦਿਆਂ ਜੋ ਗਰੀਬ ਪਰਿਵਾਰ ਮੈਂਬਰ ਹਨ ਉਹਨਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਵੇ। ਜੋ ਗਰੀਬ ਪਰਿਵਾਰ ਦੇ ਮੈਂਬਰਾਂ ਦੇ ਕੋਰੋਨਾ ਪਾਜ਼ਿਟਿਵ ਟੈਸਟ ਆਉਂਦੇ ਹਨ ਉਹਨਾਂ ਦੇ ਘਰ ਵਿੱਚ ਕੋਈ ਹੋਰ ਕਮਾਉਣ ਵਾਲਾ ਨਹੀਂ ਹੈ, ਜਿਸ ਲਈ ਉਹਨਾਂ ਦੇ ਘਰਾਂ ਤੱਕ ਖਾਣਾ ਪਹੁੰਚਾਇਆ ਜਾਵੇ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਜਾਣਕਾਰੀ ਦਿੱਤੀ। ਗੌਰਮੈਂਟ ਦੀ ਹਦਾਇਤਾਂ 'ਤੇ ਡੀ ਜੀ ਪੀ ਸ਼੍ਰੀ ਦਿਨਕਰ ਗੁਪਤਾ ਜੀ ਦੇ ਡਾਇਰੈਕਸ਼ਨਸ 'ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਅੱਜ ਇੱਕ ਕੋਵਿਡ ਕੰਟੀਨ ਸਥਾਪਿਤ ਕੀਤੀ ਗਈ ਹੈ। ਇਸ ਕੰਟੀਨ ਦਾ ਪਰਪਸ ਇਹ ਹੈ ਕਿ ਜਿੱਥੇ ਵੀ ਕੋਈ ਕਰੋਨਾ ਦੇ ਗਰੀਬ ਜਿਹੜੇ ਜਿਨ੍ਹਾਂ ਨੂੰ ਕਰੋਨਾ ਹੋਇਆ ਅਤੇ ਉਹਨਾਂ ਨੂੰ ਇੰਨੀ ਸ਼ਮਤਾ ਨਹੀਂ ਹੈ ਕਿ ਉਹ ਆਪਣਾ ਖਾਣਾ ਵੀ ਖਾ ਸਕਣ, ਉਹਨਾਂ ਨੂੰ ਪੰਜਾਬ ਪੁਲਿਸ ਇੱਥੇ ਖਾਣਾ ਬਣਾ ਕੇ ਅਤੇ ਉਹਨਾਂ ਦੇ ਘਰ ਤੱਕ ਫ੍ਰੀ ਖਾਣਾ ਪਹੁੰਚਾਏਗੀ। ਇਹ ਸਰਕਾਰ ਦਾ ਅਤੇ ਡੀ ਜੀ ਸਰ ਦਾ ਇਹ ਹੁਕਮ ਹੈ ਕਿ ਕੋਈ ਵੀ ਬੰਦਾ ਜਾਂ ਇਨਸਾਨ ਜਿਹੜਾ ਗਰੀਬ ਹੈਗਾ ਉਸਨੂੰ ਇਹ ਨਾ ਹੋਵੇ ਕਿ ਉਹ ਖਾਣੇ ਤੋਂ ਵਰਜਿਤ ਰਹੇ। ਇਸ ਕਰਕੇ ਅਸੀਂ ਇਹ ਸਪੈਸ਼ਲ ਇੱਕ ਇੱਥੇ ਮੁਹਿੰਮ ਚਲਾਈ ਹੈ ਜਿਸ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਅਸੀਂ ਸਮਾਨ ਸਮੂਨ ਲੈ ਕੇ ਅਤੇ ਕੁਛ ਕੁੱਕਸ ਹਾਇਰ ਕੀਤੇ ਨੇ ਜਿਹੜੇ ਖਾਣਾ ਬਣਾਉਣਗੇ। ਖਾਣਾ ਬਹੁਤ ਹੀ ਵਧੀਆ ਸਾਫ਼ ਸੁਥਰਾ ਬਣੇਗਾ ਐਂਡ ਫਿਰ ਜਿੱਥੇ ਵੀ ਲੋੜ ਹੈਗੀ ਹੈ ਡਿਸਟ੍ਰਿਕਟ ਦੇ ਵਿੱਚ ਉੱਥੇ ਉਹਨਾਂ ਨੂੰ ਉਹਨਾਂ ਦੇ ਘਰ ਤੱਕ ਪਹੁੰਚਾਇਆ ਜਾਵੇਗਾ। ਸਰ, ਇਹਦੇ ਲਈ ਕੋਈ ਸਪੈਸ਼ਲ ਹੈਲਪਲਾਈਨ ਨੰਬਰ ਵੀ ਜਾਰੀ ਕੀਤਾ ਜਾਵੇਗਾ? ਹੈਲਪਲਾਈਨ ਨੰਬਰ ਸਾਡਾ 112 ਆਲਰੇਡੀ ਹੈਗਾ। ਇਹ ਕੱਲ੍ਹ ਵੀ ਅਸੀਂ ਐਡਵਰਟਾਈਜ਼ ਕੀਤਾ ਸੀ ਬਟ ਤੁਹਾਡੇ ਪਲੈਟਫਾਰਮ ਥਰੂ ਤੁਸੀਂ ਇਹ ਵਧੀਆ ਸਵਾਲ ਪੁੱਛਿਆ। 112 'ਤੇ ਕੋਈ ਵੀ ਜਿਹੜਾ ਕਾਲ ਕਰੇਗਾ ਉਹ ਕਾਲ ਸਾਡੇ ਕੋਲ ਆ ਜਾਏਗੀ, ਜਿਸ 'ਤੇ ਅਸੀਂ ਇੱਥੇ ਨੋਡਲ ਅਫਸਰ 2 ਲਾਏ ਹੋਏ ਨੇ, ਡੀ ਐੱਸ ਪੀ ਜਸਪ੍ਰੀਤ ਅਤੇ ਸਾਡੇ ਡੀ ਐੱਸ ਪੀ ਮਾਧਵੀ। ਇਹ ਸਾਰੀ ਚੀਜ਼ ਦੀ ਦੇਖ ਰੇਖ ਕਰ ਰਹੇ ਨੇ ਸਾਡੇ ਐੱਸ ਪੀ ਡੀ ਰਵਿੰਦਰਪਾਲ ਜੀ ਐਂਡ ਕਿਸੇ ਬੰਦੇ ਦੀ ਵੀ ਜਿਹਦੀ ਕਾਲ ਆਏਗੀ ਉਹਨੂੰ ਅਸੀਂ ਬਿਨਾਂ ਕੁਛ ਪੁੱਛੇ ਗਿੱਛੇ ਅਸੀਂ ਉਹਦੇ ਘਰ ਤੱਕ ਖਾਣਾ ਪਹੁੰਚਾਵਾਂਗੇ। ਐਂਡ ਖਾਣੇ ਦੀ ਕੁਆਲਿਟੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਬਹੁਤ ਵਧੀਆ, ਜਿਸ ਦੇ ਵਿੱਚ ਅਸੀਂ ਇੱਕ ਦਾਲ ਇੱਕ ਸਬਜ਼ੀ ਨਾਲ ਥੋੜ੍ਹਾ ਸਲਾਦ ਅਤੇ ਫੁਲਕੇ ਅਸੀਂ ਪ੍ਰੋਵਾਈਡ ਕਰਾਵਾਂਗੇ। ਸਰ, ਇਹ ਸਿਰਫ ਸਿਟੀ ਵਾਸਤੇ ਹੋਏਗਾ ਜਾਂ ਸਿਟੀ ਤੋਂ ਬਾਹਰ? ਇਹ ਸਾਰੇ ਡਿਸਟ੍ਰਿਕਟ ਦੇ ਵਿੱਚ ਹੋਏਗਾ। ਮੈਨੂੰ ਤੁਹਾਡਾ ਮੈਂ ਸ਼ੇਅਰ ਕਰਨਾ ਚਾਹੁੰਦਾ ਕਿ ਅੱਜ ਸਵੇਰੇ ਸਾਨੂੰ ਇੱਕ ਟਾਂਡੇ ਤੋਂ ਕਾਲ ਆਈ ਸੀਗੀ ਅਤੇ ਉਹਨਾਂ ਦੇ ਘਰ ਅਸੀਂ, ਉਹ ਆਪ ਵਿਚਾਰਾ ਗਰੀਬ ਸੀਗਾ ਪੋਜ਼ਿਟਿਵ ਸੀ, ਉਹਦੀ ਵਾਈਫ ਵਾਇਰਸ ਨੈਗੇਟਿਵ ਸੀ, ਬਟ ਅਸੀਂ ਇੱਥੋਂ ਟਾਈ ਅਪ ਕਰਕੇ ਫਿਰ ਉੱਥੇ ਖਾਣਾ ਪਹੁੰਚਾ ਰਹੇ। ਇੱਥੋਂ ਅਸੀਂ ਸ਼ਹਿਰ ਵਾਲਿਆਂ ਨੂੰ ਖਾਣਾ ਦੇਵਾਂਗੇ, ਲਾਗਲੇ ਪਿੰਡਾਂ ਵਾਲਿਆਂ ਨੂੰ ਵੀ ਅਸੀਂ ਪ੍ਰੋਵਾਈਡ ਕਰਾਂਗੇ ਅਤੇ ਬਾਕੀ ਅਸੀਂ ਸਬ ਡਿਵੀਜ਼ਨਸ 'ਤੇ ਵੀ ਆਪਣਾ ਸੈਟਅਪ ਕਰ ਲਿਆ ਜਿੱਥੇ ਲੋੜ ਹੋਏਗੀ। ਜੇ ਮਕੇਰੀਆਂ ਤੋਂ, ਕਿਉਂਕਿ ਇੱਥੋਂ ਜਾਣਾ ਸੌਖਾ ਨਹੀਂ ਰਹੇਗਾ, ਗੜਸ਼ੰਕਰ ਇੱਥੋਂ ਭੇਜਣਾ ਮੁਮਕਿਨ ਨਹੀਂ ਰਹੇਗਾ, ਅਤੇ ਉੱਥੇ ਲੋਕਲ ਡੀ ਐੱਸ ਪੀਸ ਨਾਲ ਸਾਡਾ ਟਾਈ ਅਪ ਹੋ ਗਿਆ, ਜਿੱਥੇ ਜਿੱਥੇ ਵੀ ਲੋੜ ਹੋਏਗੀ ਖਾਣਾ ਪਹੁੰਚਾ। ਕਿੰਨੇ ਕੁ ਬੰਦਿਆਂ ਦਾ ਰੋਜ਼ ਖਾਣਾ ਜਾਏਗਾ? ਅਸੀਂ ਜਿੰਨੇ ਵੀ ਹੁਣ ਤੁਹਾਡੇ ਸਾਹਮਣੇ ਤੁਸੀਂ ਵੇਖਿਆ ਹੋਣਾ ਕਿ ਤਕਰੀਬਨ ਰਾਈਟ ਨਾਓ 3,000 ਬੰਦਾ ਸਾਡੇ ਜ਼ਿਲ੍ਹੇ ਦੇ ਵਿੱਚ ਪੋਜ਼ਿਟਿਵ ਹੈ, ਬਟ ਅਸੀਂ ਕੈਟਰ ਉਹਨਾਂ ਨੂੰ ਕਰਦਾ ਜਿਹੜੇ ਵਿਚਾਰੇ ਦਿਹਾੜੀਆਂ ਕਰਦੇ ਨੇ ਜਾਂ ਜਿਨ੍ਹਾਂ ਨੂੰ ਰੋਜ਼ ਦੀ ਰੋਜ਼ ਕੁਛ ਨਾ ਕੁਛ ਕਮਾਈ ਕਰਕੇ ਉਹ ਆਪਣਾ ਖਾਣਾ ਖਾਂਦੇ ਨੇ ਅਤੇ ਖਰੀਦਦੇ ਨੇ, ਅਤੇ ਅਸੀਂ ਉੱਥਾਂ ਦੇ ਜਿਹੜੇ ਗਰੀਬ ਜਨਤਾ ਉਹਨਾਂ ਨੂੰ ਕੈਟਰ ਕਰਾਂਗੇ। ਅਤੇ ਅਸੀਂ ਅਕੋਰਡਿੰਗ ਟੂ ਡਿਮਾਂਡ, ਜਿੱਦਾਂ ਅੱਜ ਤੁਸੀਂ ਦੇਖਿਆ ਅਸੀਂ ਤਕਰੀਬਨ 50 ਤੋਂ 100 ਬੰਦੇ ਦਾ ਖਾਣਾ ਤਿਆਰ ਕਰ ਰਹੇ। ਜੇ ਵਧੇਗਾ ਤਾਂ ਅਸੀਂ ਉਸ ਹਿਸਾਬ ਨਾਲ ਇਸ ਚੀਜ਼ ਨੂੰ ਵਧਾਵਾਂਗੇ ਅਤੇ ਜੇ ਡਿਮਾਂਡ ਘੱਟ ਹੋਏਗੀ ਫਿਰ ਅਸੀਂ ਉਸ ਹਿਸਾਬ ਨਾਲ ਖਾਣਾ ਉਹਦੇ ਹਿਸਾਬ ਨਾਲ ਬਣਾਵਾਂਗੇ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਅਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਅਤੇ ਹਾਂ, ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਅਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਅਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ ਅਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ ਅਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।